ਅੱਜ ਅਸੀਂ ਸਾਰੇ ਬੇਸਿਕਲੀ ਤੁਹਾਡੇ ਵਾਸਤੇ ਇਕੱਠੇ ਹੋਏ ਹਾਂ। ਸਾਡੀਆਂ ਤਾਂ ਬਹੁਤ ਗੱਲਾਂ ਹੋ ਗਈਆਂ, ਇਹਨਾਂ ਨੇ ਜੋ ਕੁਛ ਤੁਹਾਨੂੰ ਦੱਸਣਾ ਸੀਗਾ ਕੀ ਆਪਾਂ ਅੱਜ ਕੀਤਾ। ਗੈਸਟ ਨਵੇਂ ਆਏ, ਤੁਸੀਂ ਸਾਰੇ ਖੁਸ਼ ਹੋ? ਹੱਥ ਖੜੇ ਕਰੋ ਜਿਹੜੇ ਜਿਹੜੇ ਖੁਸ਼ ਨੇ। ਵੈਰੀ ਗੁੱਡ, ਦੈਟਸ ਨਾਈਸ। ਹਾਂਜੀ, ਅਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਕਰ ਰਹੀ ਸੀ, ਅਸੀਂ ਵੀ ਇੱਦਾਂ ਦੇ ਸਕੂਲਾਂ 'ਚ ਪੜ੍ਹਿਆ। ਮੈਂ ਅਸੀਂ ਜੈਨ ਅੰਕਲ, ਅਸੀਂ ਕੋਈ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜ੍ਹੇ, ਅਸੀਂ ਕੋਈ ਅੰਗਰੇਜ਼ੀ ਸਕੂਲਾਂ 'ਚ ਨਹੀਂ ਪੜ੍ਹੇ, ਅਤੇ ਅਸੀਂ ਤੁਹਾਡੇ ਵਰਗੇ ਸਕੂਲਾਂ 'ਚ ਹੀ ਪੜ੍ਹੇ ਹਾਂ। ਔਰ ਜਿਹਨੇ ਜੋ ਬਣਨਾ ਉਹਨੇ ਇਸ ਸਕੂਲਾਂ ਦੇ ਵਿੱਚੋਂ ਵੀ ਬਣ ਹੀ ਜਾਣਾ। ਉਹਦੇ ਵਾਸਤੇ ਕੀ ਹੁੰਦਾ ਕਿ ਤੁਹਾਨੂੰ ਆਪਣੇ ਟੀਚਰ ਨੂੰ ਸੁਣਨਾ ਹੋਏਗਾ। ਕੀ ਕਰਨਾ ਹੋਏਗਾ ਬੋਲੋ? ਟੀਚਰ ਦੀ ਗੱਲ ਸੁਣਨੀ ਪਏਗੀ। ਕੀ ਕਰਨਾ? ਮੰਨਣੀ ਪਏਗੀ। ਹਾਂਜੀ, ਦੁਬਾਰਾ ਫਿਰ ਕਹੋ। ਔਰ ਘਰ ਜਾ ਕੇ ਉਸ ਦਿਨ ਸਰ ਨੇ ਕੀ ਕਿਹਾ ਸੀ? ਮੇਰੇ ਨਾਲ ਆਏ ਸੀਗੇ ਜਦ ਅਸੀਂ ਲੈਕਚਰ ਦਿੱਤਾ ਸੀਗਾ, ਘਰ ਜਾ ਕੇ ਕੀ ਨਹੀਂ ਕਰਨਾ? ਯਾਦ ਹੈ ਨਾ? ਵੈਰੀ ਗੁੱਡ। ਤੇ ਹੋਰ ਕੀ ਕਰਨਾ? ਹਾਂਜੀ, ਦੁਬਾਰਾ ਤੇ ਸਕੂਲ ਦਾ ਕੰਮ, ਆਪਣੇ ਮਾਂ ਬਾਪ ਦੀ ਗੱਲ। ਵੈਰੀ ਗੁੱਡ, ਵੈਰੀ ਗੁੱਡ। ਆਈ ਐਮ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਯੂ। ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ। ਥੈਂਕ ਯੂ ਵੈਰੀ ਮੱਚ ਮੈਡਮ।